ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਹਾਂ ਸੁਮਨ ਪ੍ਰੀਤ ਕੌਰ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਇੰਡੀਅਨ ਹਿਸਟਰੀ ਦੇ ਨਾਲ ਰਿਲੇਟਡ ਇੰਪੋਰਟੈਂਟ MCQ ਜਿਹੜੇ ਵੀ ਸਟੂਡੈਂਟ FCI ਅਤੇ PPCS ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਤੁਹਾਡੇ ਸਿਲੇਬਸ ਦੇ ਵਿੱਚ ਇੰਡੀਅਨ ਹਿਸਟਰੀ ਇੱਕ ਟੌਪਿਕ ਹੈ ਸੋ ਉਹਨਾਂ ਦੇ ਲਈ ਅੱਜ ਦੀ ਇਹ ਵੀਡੀਓ ਬਹੁਤ ਜ਼ਿਆਦਾ ਹੈਲਪਫੁਲ ਹੋਣ ਵਾਲੀ ਆ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਪਾਰਟ 1 ਠੀਕ ਹੈ ਪਾਰਟ 1 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਫਿਰ ਨੈਕਸਟ ਪਾਰਟ ਮੈਂ ਤੁਹਾਡੇ ਲਈ ਲੈ ਕੇ ਆਵਾਂਗੀ ਤੇ ਆਪਾਂ ਇੰਡੀਅਨ ਹਿਸਟਰੀ ਦਾ ਇੱਕ ਟੌਪਿਕ ਕੰਪਲੀਟ ਕਰ ਲਵਾਂਗੇ ਠੀਕ ਹੈ ਜੀ ਹਾਂਜੀ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਈ ਅਸੀਂ ਵੀਡੀਓ ਨੂੰ ਸਟਾਰਟ ਕਰਦੇ ਹਾਂ ਵੀਡੀਓ ਨੂੰ ਐਜ਼ ਆ ਟੈਸਟ ਮੰਨ ਕੇ ਹੀ ਚੱਲਣਾ ਹਰੇ ਕੁਐਸ਼ਨ ਨੂੰ ਅਟੈਂਪਟ ਕਰਨ ਦੇ ਲਈ ਮੈਂ ਤੁਹਾਨੂੰ 3 ਸੈਕਿੰਡ ਦਵਾਂਗੀ ਤੇ ਲਾਸਟ ਤੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਕਿ ਤੁਹਾਡੇ ਕਿੰਨੇ ਕੁਐਸ਼ਨ ਸਹੀ ਗਏ 20 ਦੇ ਵਿੱਚੋਂ ਹਾਂਜੀ ਜਿਆਦਾ ਲੈਂਥੀ ਵੀਡੀਓ ਨਹੀਂ ਕੀਤੀ ਗਈ ਛੋਟੇ ਛੋਟੇ ਪਾਰਟਸ ਹੀ ਕੀਤੇ ਆ ਤੇ ਕੁਐਸਚਨ ਨੰਬਰ 1 ਆ ਮੇਰੇ ਕੋਲ ਗਾਂਧੀ ਜੀ ਨੂੰ ਕਿਸ ਸਾਲ ਪਹਿਲੀ ਵਾਰ ਸਤਿਆਗ੍ਰਹਿ ਦੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ ਹਾਂਜੀ ਗਾਂਧੀ ਜੀ ਨੂੰ 1908 ਦੇ ਵਿੱਚ ਸਤਿਆਗ੍ਰਹਿ ਦੇ ਵਿੱਚ ਗ੍ਰਫਤਾਰ ਕੀਤਾ ਗਿਆ ਸੀ অপশন নাম্বার আ ইজ দা রাইট आंसर 1908 ইসবি ਦੇ ਵਿੱਚ ગાંધીજી ਨੂੰ ਪਹਿਲੀ ਵਾਰ સત્યાਗ੍ਰਹਿ ਦੇ ਦੌਰਾਨ ਗ੍ਰਫਤਾਰ ਕੀਤਾ ਗਿਆ ਸੀ ਠੀਕ ਹੈ ਨੈਕਸਟ ਕੁਐਸ਼ਨ ਬਦਰੋਲੀ સત્યાਗ੍ਰਹਿ ਦਾ নেতা ਕੌਣ ਸੀ हां जी ਬਦਰੋਲੀ સત્યાਗ੍ਰਹਿ ਦੇ নেতা ਸਰਦਾਰ ਬੱਲਭਾਈ ਪਟੇਲ ਸੀ অপশন নাম্বার ਈਡੀ ਇਜ਼ দা রাইট आंसर ਨੈਕਸਟ ਕੁਐਸ਼ਨ ਵੇਦਾਂ ਦੇ ਵੱਲ ਮੁੜੋ ਕਿਸ ਦਾ ਕਥਨ ਹੈ ਹਾਂਜੀ ਵੇਦਾਂ ਦੇ ਵੱਲ ਮੁੜੋ ਸੁਆਮੀ ਵਿਵੇਕਾਨੰਦ ਜੀ ਦਾ ਕਥਨ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਭਾਰਤੀ ਕਾਂਗਰਸ ਰਾਸ਼ਟਰੀ ਕਾਂਗਰਸ ਦੇ ਕਿਸ ਅਦਿਵੇਸ਼ਨ ਨੂੰ ਪੂਰਨ ਸਵਰਾਜ ਘੋਸ਼ਿਤ ਕੀਤਾ ਗਿਆ ਹਾਂਜੀ ਭਾਰਤੀ ਰਾਸ਼ਟਰੀ ਕਾਂਗਰਸ ਦੇ ਲਾਹੌਰ ਅਦਿਵੇਸ਼ਨ ਨੂੰ ਪੂਰਨ ਸਵਰਾਜ ਘੋਸ਼ਿਤ ਕੀਤਾ ਗਿਆ ਆਪਸ਼ਨ ਨੰਬਰ D ਇਸ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਭਾਰਤ ਵਿੱਚ ਗਰਮਦਲ ਦਾ ਮੁਖੀ ਕੌਣ ਸੀ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਈਡੀ ਗੰਗਾਧਰ ਤਿਲਕ ਭਾਰਤ ਵਿੱਚ ਗਰਮਦਲ ਦਾ ਮੁਖੀ ਗੰਗਾਧਰ ਤਿਲਕ ਸੀ ਨੈਕਸਟ ਕੁਐਸਚਨ ਹਾਂਜੀ ਗਾਂਧੀ ਜੀ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਨਮਕ ਸत्याग्रह ਦੀ ਬਾਗਡੋਰ ਕਿਸ ਨੇ ਸੰਭਾਲੀ ਤਾਂ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸ ਅਬਾਸ ਤੈਪ ਜੀ ਅਵਾਸ ਤੈਪ ਜੀ ਨੇ ਗਾਂਧੀ ਜੀ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਨਮਕ ਸਤਿਆਗ੍ਰਹਿ ਦੇ ਬਾਗਡੋਰ ਸੰਭਾਲੀ ਸੀ ਨੈਕਸਟ ਕੁਐਸ਼ਨ ਬੰਗਾਲ ਦਾ ਸਥਾਈ ਬੰਦੋਬਸਤ ਕਿਸ ਦੁਆਰਾ ਲਾਗੂ ਕੀਤਾ ਗਿਆ ਸੀ ਹਾਂਜੀ ਬੰਗਾਲ ਦਾ ਸਥਾਈ ਬੰਦੋਬਸਤ ਕਿੰਨਾ ਦੁਆਰਾ ਲਾਗੂ ਕੀਤਾ ਗਿਆ ਸੀ ਆਪਸ਼ਨ ਨੰਬਰ 7 ਦਾ ਰਾਈਟ ਆਂਸਰ ਲਾਰਡ ਕਰਨਵਾਲਿਸ ਦੁਆਰਾ ਨੈਕਸਟ ਕੁਐਸ਼ਨ ਗਾਂਧੀ ਜੀ ਨੇ ਸਿਬਲ ਡਾਇਸੋਬੇਡੀਅੰਸ ਦੀ ਪ੍ਰੇਰਣਾ ਕਿਸ ਤੋਂ ਲਈ ਸੀ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਊੜਾ ਥੋਰੋ ਤੋਂ ਆਪਸ਼ਨ ਨੰਬਰ ਊੜਾ ਇਜ਼ ਦਾ ਰਾਈਟ ਆਨਸਰ ਥੋਰੋ ਨੈਕਸਟ ਕੁਐਸਚਨ ਭਾਰਤੀ ਪਹਿਲਾ ਭਾਰਤੀ ਸਿਵਲ ਸਰਵਿਸ ਕੌਣ ਸੀ ਹਾਂਜੀ ਪਹਿਲਾ ਭਾਰਤੀ ਸਿਵਲ ਸਰਵਿਸ ਕੌਣ ਸੀ ਸਤਿੰਦਰਨਾਥ ਟੈਗੋਰ ਪਹਿਲਾ ਭਾਰਤੀ ਸਿਵਲ ਸਰਵਿਸ ਸੀ ਸਤਿੰਦਰਨਾਥ ਟੈਗੋਰ ਆਪਸ਼ਨ ਨੰਬਰ ਡਾ ਇਜ਼ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਦੂਜੀ ਗੋਲਮੇਜ਼ ਸੰਮੇਲਨ ਵਿੱਚ ਕਿਸ ਨੇ ਭਾਗ ਲਿਆ ਸੀ ਹਾਂਜੀ ਦੂਜੀ ਗੋਲਮੇਜ਼ ਸੰਮੇਲਨ ਦੇ ਵਿੱਚ ਮਹਾਤਮਾ ਗਾਂਧੀ ਜੀ ਨੇ ਭਾਗ ਲਿਆ ਸੀ ਆਪਸ਼ਨ ਨੰਬਰ ਡਾ ਇਜ਼ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਜੋਤੀ ਫੁੱਲੇ ਦੇ ਸਤਿਆ ਸੋਧਕ ਸਮਾਜ ਦਾ ਉਦੇਸ਼ ਕੀ ਸੀ ਹਾਂਜੀ ਜੋਤੀ ਫੂਲੇ ਦੇ ਸਤਿਆ ਸੋਧਕ ਸਮਾਜ ਦਾ ਉਦੇਸ਼ ਅਸ਼ੂਤਾਂ ਨਾਲ ਹੁੰਦਾ ਭੇਦਭਾਵ ਖਤਮ ਕਰਨਾ ਸੀ ਨੈਕਸਟ ਕੁਐਸ਼ਨ ਸਤੀ ਪ੍ਰਥਾ ਦਾ ਖਾਤਮਾ ਕਿਸ ਨੇ ਕੀਤਾ ਹਾਂਜੀ ਸਤੀ ਪ੍ਰਥਾ ਦਾ ਖਾਤਮਾ ਵਾਰਨ ਹੈਸਟਿੰਗਜ਼ ਨੇ ਕੀਤਾ ਸੀ ਆਪਸ਼ਨ ਨੰਬਰ ਡਾ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਸਾਈਮਨ ਕਮਿਸ਼ਨ ਦਾ ਵਿਰੋਧ ਕਿਉਂ ਹੋਇਆ ਹਾਂਜੀ ਸਾਈਮਨ ਕਮਿਸ਼ਨ ਦਾ ਵਿਰੋਧ ਕਿਉਂ ਹੋਇਆ ਕਿਉਂਕਿ ਉਸ ਵਿੱਚ ਕੋਈ ਵੀ ਭਾਰਤੀ ਨਹੀਂ ਨਹੀਂ ਸੀ ਉਸ ਵਿੱਚ ਸਾਰੇ ਹੀ ਅੰਗਰੇਜ਼ ਸਨ 1919 ਜਿਲ੍ਹਿਆਂ ਵਾਲੇ ਬਾਗ ਦੀ ਘਟਨਾ ਦਾ ਜਾਇਜ਼ਾ ਲੈਣ ਆਏ ਸੀ ਤਾਂ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਸ ਉਪਰੋਕਤ ਸਾਰੇ ਸਾਈਮਨ ਕਮਿਸ਼ਨ ਦਾ ਵਿਰੋਧ ਕਿਉਂ ਹੋਇਆ ਕਿਉਂਕਿ ਇਸ ਵਿੱਚ ਕੋਈ ਵੀ ਭਾਰਤੀ ਨਹੀਂ ਸੀ ਉਸ ਵਿੱਚ ਸਾਰੇ ਅੰਗਰੇਜ਼ ਸਨ 1919 ਜ਼ਿਲ੍ਹਿਆਂ ਵਾਲੇ ਬਾਗ ਦੀ ਘਟਨਾ ਦਾ ਜਾਇਜ਼ਾ ਲੈਣਾ ਹੈ ਸੀ ਨੈਕਸਟ ਕੁਐਸ਼ਨ ਭਾਰਤ ਵਿੱਚ ਪਹਿਲੀ ਵਾਰ ਰੇਲ ਗੱਡੀ ਕਦੋਂ ਚੱਲੀ ਹਾਂਜੀ ਭਾਰਤ ਦੇ ਵਿੱਚ ਪਹਿਲੀ ਵਾਰ ਰੇਲ ਗੱਡੀ 1853 ਈਸਵੀ ਦੇ ਵਿੱਚ ਚੱਲੀ ਸੀ ਆਪਸ਼ਨ ਨੰਬਰ ਏ ਆ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਭਾਰਤ ਵਿੱਚ ਟੈਲੀਗ੍ਰਾਫ ਸੇਵਾ ਕਦੋਂ ਸ਼ੁਰੂ ਹੋਈ ਹਾਂਜੀ ਭਾਰਤ ਦੇ ਵਿੱਚ ਟੈਲੀਗ੍ਰਾਫ ਸੇਵਾ 1854 ਈਸਵੀ ਦੇ ਵਿੱਚ ਸ਼ੁਰੂ ਹੋਈ ਸੀ ਆਪਸ਼ਨ ਨੰਬਰ ਈਡੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਹੋਮ ਰੂਲ ਅੰਦੋਲਨ ਕਿਸ ਦੇ ਦੁਆਰਾ ਆਰੰਭ ਕੀਤਾ ਗਿਆ ਸੀ ਹਾਂਜੀ ਹੋਮ ਰੂਲ ਅੰਦੋਲਨ ਬਾਲ ਗੰਗਾ ਦਾ ਤਿਲਕ ਦੁਆਰਾ ਆਰੰਭ ਕੀਤਾ ਗਿਆ ਸੀ ਆਪਸ਼ਨ ਨੰਬਰ ਆਇਡਾ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਹੰਟਰ ਕਮਿਸ਼ਨ ਦੀ ਸਥਾਪਨਾ ਦਾ ਕੀ ਕਾਰਨ ਸੀ ਹਾਂਜੀ ਹੰਟਰ ਕਮਿਸ਼ਨ ਦੀ ਸਥਾਪਨਾ ਦਾ ਕਾਰਨ ਸੀ ਜ਼ਿਲ੍ਹਿਆਂ ਵਾਲਾ ਬਾਗ ਆਪਸ਼ਨ ਨੰਬਰ ਈ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਸੰਵਿਧਾਨ ਸਭਾ ਦੀ ਸੰਘ ਸਭਾ ਦਾ ਮੁਖੀ ਕੌਣ ਸੀ ਹਾਂਜੀ ਸੰਵਿਧਾਨ ਸਭਾ ਦੀ ਸੰਘ ਸਭਾ ਦਾ ਮੁਖੀ ਸੀ ਜਵਾਹਰ ਲਾਲ ਨਹਿਰੂ ਆਪਸ਼ਨ ਨੰਬਰ ਈ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਸਵਾਮੀ ਵਿਦਿਆਨੰਦ ਸਰਸਵਤੀ ਦਾ ਅਸਲ ਨਾਮ ਕੀ ਸੀ ਹਾਂਜੀ ਸਵਾਮੀ ਵਿਦਿਆਨੰਦ ਸਰਸਵਤੀ ਜੀ ਦਾ ਅਸਲ ਨਾਮ ਮੂਲ ਸੰਕਰ ਸੀ ਆਪਸ਼ਨ ਨੰਬਰ ਡਾ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਸਵਦੇਸ਼ੀ ਅੰਦੋਲਨ ਦਾ ਆਰੰਭ ਕਿੱਥੇ ਹੋਇਆ ਹਾਂਜੀ ਸਵਦੇਸ਼ੀ ਅੰਦੋਲਨ ਦਾ ਆਰੰਭ ਬੰਗਾਲ ਵਿਭਾਜਨ ਤੋਂ ਹੋਇਆ ਆਪਸ਼ਨ ਨੰਬਰ ਊੜਾ ਇਜ਼ ਦਾ ਰਾਈਟ ਆਨਸਰ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ ਤੇ ਲਾਸਟ ਤੇ ਮੈਂ ਤੁਹਾਨੂੰ ਕਿਹਾ ਸੀ ਕਿ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਤੁਹਾਡੇ ਕਿੰਨੇ ਕੁਐਸ਼ਨ ਸਹੀ ਗਏ ਤਾਂ ਤੁਹਾਡੇ ਟੋਟਲ ਕੁਐਸ਼ਨ ਨੇ 20 ਤੇ 20ਾਂ ਦੇ ਵਿੱਚੋਂ ਤੁਹਾਡੇ ਕਿੰਨੇ ਕੁਐਸ਼ਨ ਸਹੀ ਗਏ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਤੇ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਜਿਹੜੇ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਮੈਂ ਉਹਨਾਂ ਨੂੰ ਵੀ ਰਿਕਵੈਸਟ ਕਰਦੀ ਆ ਕਿ ਪਲੀਜ਼ ਮੇਰੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਬੈਲ ਤੇ ਤਾਂ ਜੋ ਮੇਰੀ ਅੱਗੇ ਆਉਣ ਵਾਲੀ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਨੂੰ ਮਿਲਦੀ ਰਹੇ ਧੰਨਵਾਦ ਜੀ